ਇਹ ਛਤਰੀ ਦੀ ਫਿਟਿੰਗ ਹੋ ਗਈ ਆ ਸਾਰੀ ਕੰਪਲੀਟ ਆ ਛਤਰੀ ਦੂਜੀ ਵਾਰੀ ਥੱਲੇ ਆਈ ਕੋਈ ਵੀ ਜਮਾ ਰੀਮ ਨਾਲ ਸਾਰਾ ਕੰਮ ਕਰੀ ਜਾਂਦੇ ਹਾਂ ਰੀਮ ਨਾਲ ਸਾਰਾ ਸਮਾਨ ਲਾਉਂਦੇ ਹਾਂ ਜਿਵੇਂ ਕੰਪਨੀ ਦੀਆਂ ਤਾਰਾਂ ਆਉਂਦੀਆਂ ਉਵੇਂ ਤਾਰਾਂ ਰੀਮ ਨਾਲ ਪਾਈਆਂ ਸਾਰੀਆਂ ਉਵੇਂ ਰੰਗ ਆ ਸਾਰੇ ਤਾਰਾਂ ਦੇ ਜਿਵੇਂ ਕੰਪਨੀ ਵੱਲੋਂ ਆਉਂਦੇ ਆ ਉਵੇਂ ਸਾਰੀਆਂ ਰੀਮ ਨਾਲ ਸੁੱਚਾਂ ਲਾਈ ਜਾਂਦੇ ਹਾਂ ਸਾਰਾ ਕੰਮ ਦੇਖ ਵੀ ਜਿਹੜੇ ਰੀਮ ਨਾਲ ਆਉਂਦੇ ਆ 900 ਰੇਟ ਵਾਲੇ ਉਹ ਲਾਉਂਦੇ ਆ ਅਤੇ ਉਹ ਆਏ ਵੀ ਅਜੇ ਆ ਜਾਣਗੇ ਕੱਲ੍ਹ ਤੱਕ ਆ ਕੇ ਫਿਰ ਲਾ ਕੇ ਫਿਰ ਉਹ ਛਤਰੀ ਦੀ ਫਿਟਿੰਗ ਹੋ ਗਈ ਆ ਸਾਰੀ ਕੰਪਲੀਟ ਆ ਛਤਰੀ ਦੂਜੀ ਵਾਰੀ ਥੱਲੇ ਵਾਲੀ ਕਰੀ ਜਾਂਦੇ ਹਾਂ ਬਸ ਕੱਲ੍ਹ ਤੱਕ ਕੰਪਲੀਟ ਹੋਜੂ ਸਾਰਾ ਕੰਮ ਓਕੇ ਹੋ ਜੂਗਾ ਜਾਂ ਹਾਂ ਇਹਦੀ ਵਾਇਰਿੰਗ ਹੋਈ ਜਾਂਦੀ ਆ ਇਹਦੀ ਵਾਇਰਿੰਗ ਦੇ ਵਿੱਚ ਫੁੱਲ ਮੋਟੀ ਤਾਰ ਪਾਈ ਆ ਠੀਕ ਹੈ ਅਲਟਰਨੇਟਰ ਨੂੰ 10 mm ਤਾਰ ਪਾਈ ਆ ਠੀਕ ਹੈ ਹਾਂ ਸਾਰੀ ਫੁੱਲ ਮੋਟੀ ਤਾਰ ਪਾਈ ਆ ਚੱਲੀ ਜਾਂਦਾ ਵਧੀਆ ਸਾਰੇ ਇਹਨਾਂ ਕੰਮ ਬਸ ਨਿਬੜ ਜੂਗਾ ਇੱਕ ਦੋ ਦਿਨਾਂ 'ਚ ਨਿਬੜ ਜੂਗਾ ਕੰਮ ਤਾਰ ਬਈ ਜਮਾਂ ਰੀਮ ਨਾਲ ਸਾਰਾ ਕੰਮ ਕਰੀ ਜਾਂਦੇ ਹਾਂ ਰੀਮ ਨਾਲ ਸਾਰਾ ਸਮਾਨ ਲਾਉਂਦੇ ਹਾਂ ਜਿਵੇਂ ਕੰਪਨੀ ਦੀਆਂ ਤਾਰਾਂ ਆਉਂਦੀਆਂ ਉਵੇਂ ਤਾਰਾਂ ਰੀਮ ਨਾਲ ਪਾਈਆਂ ਸਾਰੀਆਂ ਉਵੇਂ ਰੰਗ ਆ ਸਾਰੇ ਤਾਰਾਂ ਦੇ ਜਿਵੇਂ ਕੰਪਨੀ ਵੱਲੋਂ ਆਉਂਦੇ ਆ ਉਵੇਂ ਸਾਰੀਆਂ ਰੀਮ ਨਾਲ ਸੁੱਚਾਂ ਲਾਈ ਜਾਂਦੇ ਹਾਂ ਸਾਰਾ ਕੰਮ ਜਮਾਂ ਰੀਮ ਨਾਲ ਕਰੀ ਜਾਂਦੇ ਹਾਂ ਬਹੁਤ ਵਧੀਆ ਵਾਇਰਿੰਗ ਕਰਨੀ ਆ ਜੀ ਜਿਸ ਤਰ੍ਹਾਂ ਟਰੈਕਟਰ ਤਿਆਰ ਹੋਇਆ ਬਹੁਤ ਵਧੀਆ ਆਹ ਵੇਖੋ ਜੀ ਵਾਇਰਿੰਗ ਜਿਵੇਂ ਕੰਪਨੀ ਵੱਲੋਂ ਆਉਂਦੀ ਆ ਉਸ ਤਰ੍ਹਾਂ ਹੀ ਬਣੀ ਹੋਈ ਆ ਜੀ ਵਾਇਰਿੰਗ ਸਾਰੀ ਰੀਮ ਨਾਲ ਜਮਾਂ ਉਵੇਂ ਹੀ ਸਾਰੀਆਂ ਰੀਮ ਨਾਲ ਤਾਰਾਂ ਪਾਈਆਂ ਕੋਈ ਇਹ ਨਹੀਂ ਗਾ ਵੀ ਤਾਰਾਂ ਬਹੁਤ ਵਧੀਆ ਪਾਈਆਂ ਹੋਈਆਂ ਉਹੀ ਰੰਗ ਪਾਇਆ ਕੰਪਨੀ ਦੇ ਜਿਹੜੇ ਰੰਗ ਆਉਂਦੇ ਆ ਉਹੋ ਜਿਹੇ ਰੰਗ ਪਾਏ ਆ ਤਾਰਾਂ ਦੇ ਵੀ ਪਾਈਏ ਵੀ ਤਾਂ ਮੀਟਰ ਪਾਇਆ ਸਵਰਾਜ ਕੰਪਨੀ ਦੇ ਜਿਹੜੇ ਕੰਪਨੀ ਦੇ ਵਿੱਚ ਆਉਂਦੇ ਆ ਆਹ ਵੇਖੋ ਆਹ ਵੇਖੋ ਇਹਦੇ ਕਾਫੇ ਮੀਟਰ ਦੇ ਵਿੱਚ ਰੀਮ ਨਾਲ ਜਮਾਂ ਅਲਟਰਨੇਟਰ ਵਾਲਾ ਅਤੇ ਤੇਲ ਵਾਲਾ ਡੀਜ਼ਲ ਵਾਲਾ ਮੀਟਰ ਇੱਕ ਆਇਲ ਪ੍ਰੈਸ਼ਰ ਵਾਲਾ ਆਇਲ ਪ੍ਰੈਸ਼ਰ ਵਾਲਾ ਇੰਡੀਕੇਟਰ ਵੀ ਜਿਹੜੇ ਰੀਮ ਨਾਲ ਆਉਂਦੇ ਆ 900 ਰੇਟ ਵਾਲੇ ਉਹ ਲਾਉਣੇ ਆ ਅਤੇ ਉਹ ਆਏ ਵੀ ਅਜੇ ਉਹ ਆ ਜਾਣਗੇ ਕੱਲ੍ਹ ਤੱਕ ਆ ਕੇ ਫਿਰ ਉਹ ਲਾ ਕੇ ਫਿਰ ਉਹ ਤੋਂ ਬਾਅਦ ਕੰਪਲੀਟ ਹੋ ਜਾਣਾ ਰੀਅਲ ਹੈ ਅੱਜ ਵੀ ਛਤਰੀ ਕੰਪਲੀਟ ਹੋ ਗਈ ਟਰੈਕਟਰ ਦੀ ਕੰਪਲੀਟ ਛਤਰੀ ਕਰਕੇ ਟਰੈਕਟਰ ਦੇ ਫਿੱਟ ਹੋ ਗਈ ਆ ਛਤਰੀ ਟਰੈਕਟਰ ਦੀ ਵਾਇਰਿੰਗ ਦਾ ਕੰਮ ਚੱਲੀ ਜਾਂਦਾ ਇਲੈਕਟ੍ਰੀਸ਼ਨ ਕੋਲ ਟਰੈਕਟਰ ਖੜ੍ਹਾ ਆਪਣੇ ਕੋਲ ਠੀਕ ਹੈ ਜੀ ਜੋ ਇਹਦਾ ਵਾਇਰਿੰਗ ਦਾ ਕੰਮ ਸੀ ਜਿਹੜਾ ਹੋਈ ਜਾਂਦਾ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਓਰੀਜਨਲ ਢੰਗ ਦੇ ਨਾਲ ਜਿਵੇਂ ਨਵੇਂ ਟਰੈਕਟਰ ਨੂੰ ਆ ਰਹੀ ਹੈ ਵਾਇਰਿੰਗ ਉਸ ਤਰ੍ਹਾਂ ਦੀ ਤਿਆਰ ਹੋਈ ਜਾਂਦੀ ਆ ਅਤੇ ਜਿਹੜਾ ਇਹਦਾ ਅਗਲਾ ਸਪੇਅਰ ਪਾਰਟ ਦਾ ਸਮਾਨ ਆਇਆ ਠੀਕ ਹੈ ਜੀ ਜੋ ਆਪਾਂ ਸਟਿੱਕਰ ਲਿਆਉਂਦੇ ਆ ਜਿਹੜੇ ਸਵਰਾਜ ਦੇ ਨਿਊ ਮਾਡਲ ਦੇ ਸਟਿੱਕਰ ਜੇ ਵਾ ਓਰੀਜਨਲ ਲਿਆਉਂਦੇ ਆਪਾਂ ਸਵਰਾਜ ਦੇ ਠੀਕ ਹੈ ਜੀ ਆਹ ਵੇਖੋ ਨਵੇਂ ਮਾਡਲ ਦੇ ਅਤੇ ਆਹ ਆਪਣੇ ਇੱਕ ਵਾਟਰ ਸਪੀਟਰ ਪੈਪ ਆ ਠੀਕ ਹੈ ਜੀ ਆਹ ਵਿੱਚ ਰੋਬਰ ਲੱਗਣੀ ਜਿਹੜੀ ਉਹ ਆ CNH ਦੀ ਅਤੇ ਆਹ ਨਾ ਇੱਕ ਆਪਣਾ ਜਿਹੜਾ ਸਟਿੱਕਰਾਂ ਦਾ ਕਿੱਟ ਲਿਆਏ ਆ ਇਹ ਵੇਖੋ ਤੁਸੀਂ ਠੀਕ ਹੈ ਜੀ ਆਹ ਵੇਖੀ ਚਲੋ ਹੁਣ ਸਮਾਨ ਤੁਸੀਂ ਸਾਰਾ ਜਿਹੜਾ ਸਮਾਨ ਲਿਆਂਦਾ ਤੁਸੀਂ ਵੇਖੋ ਹੁਣ ਆਹ ਸਟਿੱਕਰ ਸਾਰੇ ਸਟਿੱਕਰ ਆ ਜਿਹੜੇ ਕਿ ਆਪਣੇ ਮਗਰਾੜਾਂ ਦੇ ਆ ਸ਼ੋਅ ਦੇ ਆ ਪੀਟਗੋ ਵਾਲਾ ਵਰਸ ਪੀਟਗੋ ਔਰ ਸਟਿੱਕਰਾਂ ਦੇ ਉੱਪਰ ਲੱਗਣੀਆਂ ਹੁੰਦੀਆਂ ਜਿਹੜੀਆਂ ਨਵੇਂ ਮਾਡਲ ਦੀਆਂ ਆਉਂਦੀਆਂ ਉਹ ਆ ਜੀ ਠੀਕ ਹੈ ਜੀ ਆਹ CNH ਦੀ ਰੋਬੜ ਆ ਇਹ ਆਪਣੇ ਰੇਟਰ ਦੇ ਅਗਲੇ ਪਾਸੇ ਲਾਉਣੀ ਆ ਆਹ ਅਗਲੇ ਪਾਸੇ ਸਕੰਜਾ ਆਹ ਮਗਰਾੜਾਂ ਦਾ ਸਕੰਜਾ ਜੀ
ਵਿਚਕਾਰ ਲਾਉਣਾ ਜਿਹੜਾ ਜਿਹਦੇ ਤਿੰਨ ਕੋਣੀ ਲਾਉਣੀ ਆ ਆਪਾਂ, ਇਹ ਵੀ ਲਿਆਂਦਾ ਨਵਾਂ। ਅਤੇ ਆਹ ਰੇਡੀਟਰ ਦੇ ਅਗਲੇ ਪਾਸੇ ਹੁੰਦੀ ਹੈ ਸ਼ੀਲਡ, ਆਹ ਕੂਲੈਂਟ ਬੋਤਲ ਵਾਲਾ ਪਾਈਪਾਂ ਆਹ ਵਾਲੀਆਂ ਜੀ, ਕੂਲੈਂਟ ਬੋਤਲ ਉਹਦੇ ਟੈਂਕੀ ਵਾਲੀਆਂ ਪਾਈਪਾਂ ਦੋਨੇ ਇਹ ਜੀ। ਅਤੇ ਆਹ ਤਿੰਨ ਕੋਣੀ ਆ ਜੀ ਜਿਹੜੀ ਉਹ ਵਿਚਕਾਰ ਲੱਗੀ ਹੁੰਦੀ ਸੀਟ ਦੇ ਮਗਰਲੇ ਪਾਸੇ। ਜਿਵੇਂ ਸਵਰਾਜ ਦੀ ਓਰੀਜਨਲ ਇਕੱਲੀ ਇਕੱਲੀ ਚੀਜ਼ ਵੇਖੋ ਜੀ, ਆਹ ਲੋਗੋ ਆ 1974 ਲਿਖਿਆ ਹੁੰਦਾ ਜਿਨ੍ਹਾਂ 'ਤੇ, ਜਿਹੜੇ ਸਵਰਾਜ ਦੇ ਓਰੀਜਨਲ ਆਉਂਦੇ ਨਵੇਂ ਮਾਡਲ ਨੂੰ। ਇਹ ਦੋ ਲੋਗੋ ਆ ਜੀ, ਠੀਕ ਹੈ ਜੀ। ਅਤੇ ਇਸ ਤੋਂ ਅੱਗੇ ਆਹ ਦੋ ਗੇਜਾਂ ਆਪਣੀ, ਇੱਕ ਤਾਂ ਹੈਗੀ ਆ ਬੈਟਰੀ ਵਾਲੀ ਅਤੇ ਦੂਜੀ ਹੈਗੀ ਆਪਣੀ ਤੇਲ ਵਾਲਾ ਜੀ। ਆਹ ਆਪਣੀ ਹੈਗੀ ਆ ਬੈਟਰੀ ਵਾਲੀ ਵੇਖੋ ਜੀ, ਦੇਖੋ ਦੂਜੀ ਪਈ ਆ ਉਹ ਤੇਲ ਵਾਲੀ, ਠੀਕ ਹੈ ਜੀ, ਜਿਹਦੇ 'ਚ ਤੇਲ ਦਾ। ਆਹ ਵਿਚਲੇ ਲੋਕ ਪਹਿਲਾਂ ਓਰੀਜਨਲ ਨਹੀਂ ਮਿਲੇ ਸੀਗੇ, ਆਮ ਲੈ ਕੇ ਲਾਤੇ ਸੀ, ਫਿਰ ਓਰੀਜਨਲ ਮਿਲੇ, ਹੁਣ ਚੇਂਜ ਕਰਨੇ ਆ ਇਹ। ਅਤੇ ਆਹ ਪੀਟਕੋ ਕੈਪ, ਇਹ ਵੀ ਸਵਰਾਜ ਦਾ ਓਰੀਜਨਲ। ਆਹ ਹੈਂਡਲ ਆ ਵੀ ਇਹ ਦੇਸੀ ਮਿਲੇ ਸੀ ਪਹਿਲਾਂ, ਇਹ ਲਾਏ ਨਹੀਂ ਸੀਗੇ, ਹੁਣ ਓਰੀਜਨਲ ਲਿਆਏ ਆ, ਹੁਣ ਇਹ ਲਾਵਾਂਗੇ, ਠੀਕ ਹੈ ਜੀ। ਅਤੇ ਆਹ ਜਿਹੜੀਆਂ ਵਿਚਲੀਆਂ ਲੋਕ ਹੈਂਡਲ ਦੀਆਂ ਚੁੰਡੀਆਂ ਜਿਹੜੀਆਂ ਵਿੱਚ ਲੋਕ ਕਰਦੀਆਂ, ਠੀਕ ਹੈ ਜੀ। ਆ ਰਹੀ ਆ ਆਪਣੀ ਬੈਟਰੀ ਵਾਲੀ ਗੇਜ, ਠੀਕ ਹੈ ਜੀ। ਸਾਰੀਆਂ ਓਰੀਜਨਲ ਇਕੱਲੀ ਇਕੱਲੀ ਚੀਜ਼ ਆ, ਸਕਰੂ ਮੀਟਰ ਸਕਰੂ ਆ, ਮੀਟਰ ਪਲੇਟ ਸਕਰੂ। ਅਤੇ ਆਹ ਹੈਂਡਲ ਆ ਬੋਰਨਟ ਹੈਂਡਲ, ਇਹ ਵੀ ਨਵਾਂ ਲਾਉਣਾ, ਪਹਿਲਾਂ ਪੁਰਾਣਾ ਹੀ ਲਾਇਆ ਹੋਇਆ, ਇਹ ਵੀ ਨਵਾਂ ਹੁਣ ਮਿਲਿਆ, ਇਹ ਵੀ ਲਾਵਾਂਗੇ। ਆਹ ਹੁਣ ਤੁਸੀਂ ਵੇਖੋ ਇਕੱਲੀ ਇਕੱਲੀ ਚੀਜ਼ ਆਪਾਂ ਜਿਹੜੀ ਓਰੀਜਨਲ ਵਰਤ ਰਹੇ ਹਾਂ, ਨਿੱਕੇ ਨਿੱਕੇ ਨਾਟ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਆਪਾਂ ਓਰੀਜਨਲ ਯੂਜ ਕੀਤੀ ਆ ਟਰੈਕਟਰ ਦੇ। ਅਤੇ ਇਹ ਸਮਾਨ ਲਿਆਂਦਾ ਗਿਆ ਵੇਖੋ ਤੁਸੀਂ, ਬਾਕੀ ਅਜੇ ਹੋਰ ਸਮਾਨ ਮੰਗਵਾਇਆ, ਇੰਡੀਕੇਟਰ ਰਹਿ ਗਏ ਆ, ਹੋਰ ਕਈ ਚੀਜ਼ਾਂ ਰਹੀਆਂ ਜਿਹੜੀਆਂ ਮੰਗਵਾਈਆਂ, ਬਸ ਆ ਜਾਣਗੀਆਂ। ਆਹ ਸਟਿੱਕਰ ਰਹੇ ਮਗਰਾਲਾਂ ਦੇ, ਮਗਰਾਲਾਂ ਦੀ ਕਿੱਟ ਆ ਜੀ ਜਿਹੜੀ, ਇਹ ਜੀ ਟਰੈਕਟਰ ਦੀ ਸਾਰੀ ਕੰਪਲੀਟ। ਅਤੇ ਆਹ ਸਟਿੱਕਰ ਜਿਹੜੇ ਫਰੰਟ ਸਟਿੱਕਰ ਸਾਰੇ ਏ ਟੂ ਜੈੱਡ ਆ, ਸਾਰੀ ਕਿੱਟ ਲੈਂਦੀ ਆ ਗਈ ਹੈ ਜੀ। ਅਤੇ ਇਹ ਨਵੇਂ ਮਾਡਲ ਦੀ ਜਿਹੜੀ ਨਵੀਂ ਆ ਰਹੀ ਹੈ ਟਰੈਕਟਰ ਨੂੰ, ਬਾਕੀ ਲਾਵਾਂਗੇ ਫਿਰ ਵੇਖਾਂਗੇ ਟਰੈਕਟਰ ਦੇ ਕਿਹੋ ਜਿਹੀ ਲੁੱਕ ਨਿਕਲਦੀ ਹੈ ਟਰੈਕਟਰ ਦੀ। ਬਾਕੀ ਤੁਸੀਂ ਆਹ ਵੀਡੀਓ ਦੇ ਵਿੱਚ ਵੇਖ ਚੁੱਕੇ ਹੋ। ਇੱਕ ਅੱਗੇ ਗੱਲ ਕਰਦੇ ਹਾਂ, ਸਵਰਾਜ 855 ਹੈ ਨਾ, ਇਹ ਆਪਣੇ ਕੋਲ ਇਹਦੇ ਮਗਰਾੜ ਨਵੇਂ ਲਾਉਣੇ ਸੀ, ਆਪਾਂ ਚੇਂਜ ਕਰ ਰਹੇ ਹਾਂ, ਠੀਕ ਹੈ ਜੀ। ਅਤੇ ਇਹ ਮਗਰਾੜ ਆਪਣੇ ਜਿਹੜੇ ਬਾਹਲੇ ਡੈਮੇਜ ਹੋਏ ਪਏ ਸੀਗੇ, ਅਤੇ ਬਾਈਆਂ ਦੀ ਡਿਮਾਂਡ 'ਤੇ ਮਗਰਾੜ ਆ ਗਏ ਸੀ ਆਪਣੇ ਕੋਲ, ਮਗਰਾੜ ਲਿਆਤੇ ਸੀ ਬਾਈਆਂ ਨੇ ਆਪਾਂ ਨੂੰ। ਅਤੇ ਆਪਾਂ ਪੇਂਟ ਕਰਕੇ ਟਰੈਕਟਰ 'ਤੇ ਲਾ ਤੇ, ਆਹ ਵੇਖੋ, ਠੀਕ ਹੈ ਜੀ। 855 9-10 ਮਾਡਲ ਦੇ ਲਗਭਗ ਟਰੈਕਟਰ ਆ, 10 ਕੁ ਮਾਡਲ ਦੇ ਆ। ਅਤੇ ਇਹਦੇ ਆਪਾਂ ਮਗਰਾੜ ਲਾਏ ਆ ਪੇਂਟ ਕਰਕੇ, ਅਤੇ ਹੁਣ ਇਹਦੇ ਇੰਡੀਕੇਟਰਾਂ ਦੀ ਗੱਲਬਾਤ ਚੱਲਦੀ ਸੀ, ਕਿਹੜੇ ਲੱਗ ਗਏ ਇੰਡੀਕੇਟਰ। ਇੱਥੇ ਹੁਣ ਤੁਸੀਂ ਵੀਡੀਓ 'ਚ ਵੇਖੋਗੇ, ਇੱਕ ਤਾਂ ਆਹ ਇੰਡੀਕੇਟਰ ਆ, ਜਿਵੇਂ ਕਿ ਫਾਰਮ ਟਰੈਕ ਦੇ ਹੁੰਦੇ ਆ, ਇਹ ਇੰਡੀਕੇਟਰ ਲਾਉਂਦੇ ਸੀਗੇ, ਇਹ ਵੀ ਨਹੀਂ ਚੱਜਦੇ ਦੀ ਦੇ ਸਿੱਟੇ, ਠੀਕ ਹੈ ਜੀ। ਅਤੇ ਅਗਲੀ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਜਿਹੜੇ ਅੱਗੇ ਜਾ ਕੇ, ਅਤੇ ਆਹ ਵੇਖੋ ਬੈਕ ਸਾਈਡ 'ਤੇ, ਆਹ ਬੈਕ ਸਾਈਡ ਤੋਂ ਲੋਕ ਆ, ਠੀਕ ਹੈ ਜੀ। ਇਹ ਮਗਰਾੜ ਆਪਾਂ ਪੇਂਟ ਕੀਤੇ ਆ, ਟੂਕੇ ਪੇਂਟ ਕੀਤੇ ਆ, ਫੁੱਲ ਓਰੀਜਨਲ ਲੁੱਕ 'ਚ ਤਿਆਰ ਕੀਤੇ ਆਪਾਂ, ਓਰੀਜਨਲ ਸ਼ੇਡ ਦੇ ਵਿੱਚ, ਠੀਕ ਹੈ ਜੀ। ਅਤੇ ਜਿਹੜੇ ਕਿ ਅੱਗੇ ਤੁਸੀਂ ਆਉਣਾ ਇੰਡੀਕੇਟਰ ਵੇਖੋਗੇ, ਆਹ ਵੀਰੇ ਇੱਕ ਪਾਸੇ ਆਹ ਲਾਏ ਸੀਗੇ, ਇਹ ਕਸਟਮਰ ਨੂੰ ਲਾ ਕੇ ਦਿਖਾਏ ਗਏ ਆ ਜੀ। ਜੇ ਕਸਟਮਰ ਨੇ ਕਿਹਾ ਆਪਣੇ ਨੇ ਕਿ ਜੀ ਆਹ ਲਾ ਦਿਓ, ਤਾਂ ਉਹੀ ਲੱਗਣਗੇ, ਇਹ ਨਹੀਂ ਗਾ ਕਿ ਆ ਜੀ ਲਾ ਕੇ ਅਤੇ ਮੁੜ ਕੇ ਦੱਸਿਆ ਜੀ ਅਸੀਂ ਆਹ ਇੰਡੀਕੇਟਰ ਲਾਤੇ ਆ, ਜੇ ਕਹੇ ਤਾਂ ਲਾਵਾਂਗੇ, ਜੇ ਕਿਹਾ ਨਹੀਂ। ਇਹ ਵੀ ਹਾਈਲੈਕਸ ਆ ਜੀ, ਅਤੇ ਦੂਜੇ ਵੀ ਹਾਈਲੈਕਸ ਆ, ਐਂ ਨਹੀਂ ਗਾ ਜੀ ਆਪਦੇ ਕੋਲੋਂ ਲਾਤੇ ਆ। ਜੇ ਕਸਟਮਰ ਨੇ ਕਹਿਤਾ ਜੀ ਆਹ ਲਾ ਦਿਓ, ਤਾਂ ਆਹ ਲਾਵਾਂਗੇ, ਜੇ ਕਹਿਤਾ ਉਹ ਦੂਜੇ ਲਾਓ, ਦੂਜੇ ਲਾ ਦੇਵਾਂਗੇ। ਜੇ ਕਹਿਤਾ ਨਹੀਂ ਲਾਉਣੇ, ਮੈਂ ਆਪ ਲਵਾ ਲੂੰਗਾ, ਤਾਂ ਨਹੀਂ ਵੀ ਲਾਏ ਜਾਣਗੇ, ਕੋਈ ਵੱਡੀ ਗੱਲ ਨਹੀਂ ਗੀ। ਸਾਡਾ ਪੇਂਟ ਕਰਨ ਦਾ ਕੰਮ ਆ, ਪੇਂਟ ਕਰਤਾ ਕਸਤੇ ਆ ਜੀ, ਠੀਕ ਹੈ ਜੀ। ਵਧੀਆ ਸੋਹਣੇ ਢੰਗ ਨਾਲ ਪੇਂਟ ਹੋ ਚੁੱਕੇ ਆ, ਬਾਕੀ ਉੱਪਰਲਾ ਸਮਾਨ ਇਹਦਾ ਰਹਿੰਦਾ ਜਿਹੜਾ ਉਹ ਵੀ ਲਾ ਦੇਵਾਂਗੇ। ਅਤੇ ਆਹ ਵੀ ਹਾਈਲੈਕਸ ਆ ਵੇਖੋ ਜੀ, ਆਹ ਵੀ ਹਾਈਲੈਕਸ ਆ। ਸਮਾਨ ਸਾਰਾ ਓਰੀਜਨਲ ਹੀ ਯੂਜ ਕਰੀਦਾ, ਦੇਸੀ ਸਮਾਨ ਨਹੀਂ ਯੂਜ ਕਰੀਦਾ। ਅਤੇ ਬਾਕੀ ਤੁਸੀਂ ਆਹ ਵੇਖੋ ਬਾਈਲਾਰਸ, ਅੱਗੇ ਆ ਰਿਹਾ ਬਾਈਲਾਰਸ, ਬਾਈਲਾਰਸ ਦੀ ਟੈਸਟਿੰਗ ਡਰਾਈਵ ਲਈ ਗਈ ਅੱਜ। ਬਾਈਲਾਰਸ ਨੂੰ ਬਾਹਰ ਕੱਢਿਆ ਟਰੈਕਟਰ, ਵੇਖਿਆ ਚਲਾ ਕੇ, ਅਤੇ ਲੀਕਿੰਗ ਚੈੱਕ ਕਰੀ ਇਹਦੀ, ਕਿਹੜੀ ਕਿਹੜੀ ਚੀਜ਼ ਦੀ ਲੀਕਿੰਗ ਆ। ਅਤੇ ਇਸ ਟਰੈਕਟਰ ਨੂੰ ਧਵਾਉਣ ਦੇ ਲਈ ਕੱਢਿਆ ਗਿਆ ਬਾਹਰ, ਠੀਕ ਹੈ ਜੀ। ਇਸ ਟਰੈਕਟਰ 'ਤੇ ਟੈਸਟਿੰਗ ਕਰਨੀ ਆ ਹੁਣ, ਵੇਖਣਾ ਕਿਹੜੇ ਜਿਹੜੇ ਇਹਦੇ ਲੀਕਿੰਗ ਆ, ਜਿਹੜੇ ਇਹਦੇ ਪਾਰਟਸ ਦੇ ਲੀਕਿੰਗ ਆ, ਠੀਕ ਹੋਣ ਵਾਲੇ ਠੀਕ ਕਰਨੇ ਆ। ਅਤੇ ਟਰੈਕਟਰ ਨੂੰ ਕਰਾਂਗੇ ਨੇੜੇ, 69-11 ਟਰੈਕਟਰ ਆ, ਤੁਸੀਂ ਪਿਛਲੇ ਵੀਡੀਓ ਦੇ ਵਿੱਚ ਵੇਖਿਆ ਜਿਹੜਾ ਉਹ ਆ। ਇਸ ਟਰੈਕਟਰ ਦੇ ਜਿਹੜੇ ਜਿਹੜੇ ਕੰਮ ਹੋਣੇ ਆ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਹਾਂ ਮੈਂ। ਪਾਵਰ ਸਟੀਅਰਿੰਗ ਕਰਨਾ ਇੱਕ ਇਹਦਾ ਪਲੇਟਫਾਰਮ ਦਾ ਕੰਮ ਕਰਨਾ, ਅਤੇ ਕਾਫੀ ਹੋਰ ਕੰਮ ਆ ਇਹਦੇ ਕਰਨ ਵਾਲੇ, ਠੀਕ ਹੈ ਜੀ। ਇੱਕ ਇਹਦੇ ਲੈਫਟ ਦਾ ਕੰਮ ਕਰਨਾ, ਮੇਨ ਤਾਂ ਪਾਵਰ ਸਟੀਅਰਿੰਗ, ਘੋੜਾ, ਬੰਪਰ, ਇਹ ਕੰਮ ਇਹਦੇ ਕਰਨੇ ਆ। ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਇਕੱਲੇ ਇਕੱਲੇ ਦਾ ਜਦੋਂ ਕੰਮ ਕਰਿਆ ਆਪਾਂ।
ਅਤੇ ਇੱਥੇ ਟੈਸਟਿੰਗ ਡਰਾਈਵ ਲਈ ਇਹਨੂੰ ਵਰਕਸ਼ਾਪ 'ਤੇ ਲੈ ਗਏ ਸੀਗੇ। ਆਹ 9-11 ਟਰੈਕਟਰ ਆ, ਇਹਦੀ ਵੀ ਤੁਹਾਨੂੰ ਸਪੈਸ਼ਲੀ ਵੀਡੀਓ ਦੇਣੀ ਆ ਮੈਂ। ਅਤੇ ਆਹ 1981 ਮਾਡਲ 9-11 ਦੇਖੋ। ਅਤੇ ਇੱਥੇ ਟਰੈਕਟਰ ਜਾ ਰਿਹਾ ਆਪਣੇ ਪਿੰਡ ਪੰਜਗੜੀ ਕਲਾਂ ਦੇ ਗੁਰਦੁਆਰਾ ਸਾਹਿਬ। अगे तुम दिखाया आप वीडियो के 850 का काम हो जाता इलैक्ट्रीशियन का, दूजे 850 का दिखाया हूँ आप बाईलार्स का वेखो तुम। ठीक है जी, तो आह ट्रैक्टर जो 9-11 यदा भी काम चली जाते भी तुम वीडियो दिखावे। तो हम ये कर दे वीडियो का एंड, लाइक शेयर कमेंट जरूर कर दिया करो, तो चैनल में सबसक्राइब जरूर कर लो, सबसक्राइब जरूर कर लो चैनल में। ठीक है जी, जो कि जी वीडियो आवे नाल दी नाल तुम वेख सको। तो वीडियो थोड़ी लेट हुई है, वो माफ़ी मांगते हैं। ठीक है जी, काम ट्रैक्टर का चली जाता इस करके। तो इन हम वीडियो का करते हैं पेंड, तो अगली वीडियो थोड़े लिए छेती तो छेती लेके आवेंगे। लाइक शेयर कमेंट जरूर करो वीडियो में जी। ठीक है जी, धन्यवाद जी।